ਉਹਦਾ ਚੰਡੀਗੜ੍ਹ ਦੇ ਵਿੱਚ ਸੜਕ ਉੱਤੇ ਤੇਲ ਦਾ ਟੈਂਕਰ ਪਲਟਿਆ ਅਚਾਨਕ ਕਾਰ ਸਾਹਮਣੇ ਆਉਣ ਕਾਰਨ ਇਹ ਟੈਂਕਰ ਹੀ ਪਲਟ ਗਿਆ ਪੁਲਿਸ ਦੇ ਸਾਹਮਣੇ ਇਹ ਪੂਰੀ ਵਾਰਦਾਤ ਹੋਈ ਹੈ ਡੀਜ਼ਲ ਦੀ ਲੁੱਟ ਦੇ ਰਾਤ ਸੈਕਟਰ 20 ਤੇ 21 ਦੀ ਘਟਨਾ ਦੱਸੀ ਜਾ ਰਹੀ ਹੈ ਅਚਾਨਕ ਕਾਰ ਸਾਹਮਣੇ ਆਉਣ ਕਾਰਨ ਇਹ ਟੈਂਕਰ ਹੀ ਪਲਟ ਗਿਆ ਇਹ ਤਸਵੀਰਾਂ ਤੁਹਾਨੂੰ ਨਾਲ ਸਾਂਝੇ ਕਰ ਰਹੇ ਹਾਂ ਪੁਲਿਸ ਦੇ ਸਾਹਮਣੇ ਹੀ ਡੀਜ਼ਲ ਦੀ ਉਸ ਦੌਰਾਨ ਰੱਜ ਰੱਜ ਕੇ ਲੁੱਟ ਹੋਈ ਦੇ ਰਾਤ ਸੈਕਟਰ 20 ਅਤੇ 21 ਦੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਵਾਪਰਿਆ ਹਾਦਸਾ चंडीगढ़ की घटना सड़क ते तेल कारण पुलिस ने आवाजाई भी बंद कर दी है चंडीगढ़ के सड़क उत्ते तेल का टैंकर पलटिया हालांकि पुलिस ने फिलहाल ही आवाजाई बंद कर दी है तस्वीर तुम्हारे तो जरूर साझा कर दी है तेल नाल भरिया हुआ टैंकर ही पलट गया उत्थे मौजूद लोगों के वलों इसकी रज रज के लुट भी की गई हालांकि फिलहाल ही रस्ता बंद कर दिया गया क्योंकि इस तेल के डिगे होने करके डीजल के डिगे होने करके वड्डी दुर्घटना भी वापर सकती है पूजा वर्मा बने हुए ने साडे नाल इस खबर तो उन्होंने रुख कर लेने पूजा जानना चाहवांगे मामला किवें वापरिया इत्थे जो तेल का टैंकर डिगया बिल्कुल तुहानू दस दिए कावि की जिहड़ी घटना है वह दसी जा रही है सैक्टर 20 ते 21 चौक की जिथे कि तेल टैंकर जिहड़ा कि डीजल नाल भरिया होया सी ਉਹ ਦੇਰ ਰਾਤ ਪਲਟ ਗਿਆ ਜਿਸ ਨੂੰ ਦੇਖਦੇ ਹੋਏ ਉੱਥੇ ਜਿਹੜੇ ਲੋਕ ਸੀਗੇ ਉਹ ਬਾਲਟੀਆਂ ਲੈ ਕੇ ਬੋਤਲਾਂ ਲੈ ਕੇ ਪਲਾਸਟਿਕ ਦੇ ਡਰਮ ਲੈ ਕੇ ਡੀਜ਼ਲ ਭਰਨ ਦੀ ਹੋੜ ਦੇ ਵਿੱਚ ਉੱਥੇ ਪਹੁੰਚ ਗਏ ਮੌਕੇ ਤੇ ਜਦੋਂ ਉੱਥੇ ਪੁਲਿਸ PCR ਦੀ ਟੀਮ ਪਹੁੰਚੀ ਤੇ ਲੋਕਾਂ ਨੂੰ ਇਸ ਲੋਡ ਤੋਂ ਜਿਹੜੀ ਲੁੱਟ ਕਰ ਰਹੇ ਸੀਗੇ ਤੇਲ ਦੀ ਉਸ ਤੋਂ ਰੋਕ ਨਹੀਂ ਪਾਈ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਕਿ ਹਾਲਾਂਕਿ ਪੁਲਿਸ ਨੇ ਆਉਣ ਜਾਣ ਵਾਲੀ ਜਿਹੜੀ ਗੱਡੀਆਂ ਸੀਗੀ ਉਸਦੇ ਲਈ ਰਾਸਤਾ ਬੰਦ ਕਰ ਦਿੱਤਾ ਸੀ ਲੇਕਿਨ ਕਿਤੇ ਨਾ ਕਿਤੇ ਵੀਡੀਓ ਜਿਹੜੀ ਉੱਥੇ ਬਣ ਗਈ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਈ ਹੈ ਤੇ ਘਟਨਾ ਕਰੀਬ ਰਾਤ 10:30 ਦੀ ਦੱਸੀ ਜਾ ਰਹੀ ਹੈ ਤੇ ਜਿਹੜੀ ਜਾਣਕਾਰੀ ਮਿਲੀ ਉਸ ਤੋਂ ਬਾਅਦ ਪੁਲਿਸ PCR ਦੀ ਟੀਮ ਉੱਥੇ ਪਹੁੰਚੀ ਤੇ ਉਸ ਤੋਂ ਬਾਅਦ ਸਿੱਧਾ ਕਰਨ ਦੇ ਲਈ ਜਿਹੜਾ ਟੈਂਕਰ ਪਲਟ ਗਿਆ ਸੀ ਉਸਨੂੰ ਸਿੱਧਾ ਕਰਨ ਦੇ ਲਈ JCB ਬੁਲਾਈ ਗਈ ਲੇਕਿਨ JCB ਵੀ ਕਰੀਬ 2 ਘੰਟੇ ਯਾਨੀ ਕਿ 12:30 ਵਜੇ ਮੌਕੇ ਤੇ ਪਹੁੰਚੀ ਜਿਸ ਤੋਂ ਬਾਅਦ ਇਸ ਟੈਂਕਰ ਨੂੰ ਸਿੱਧਾ ਕਰਕੇ ਰਾਸਤਾ ਖੁਲਾਇਆ ਗਿਆ ਪਰ ਉਸ ਪੂਰੀ ਘਟਨਾ ਦੇ ਦੌਰਾਨ ਜਿਹੜਾ ਡੀਜ਼ਲ ਹੈ ਉਹ ਸੜਕ ਤੇ ਡੁੱਲ ਗਿਆ ਸਾਰਾ ਜਿੱਥੇ ਕਿ ਡਿਜ਼ਾਸਟਰ ਮੈਨੇਜਮੈਂਟ ਦੀ ਟੀਮ ਉੱਥੇ ਪਹੁੰਚੀ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਲੱਗ ਰਿਹਾ ਸੀ ਕਿ ਹੋਰ ਵੱਡੀ ਘਟਨਾ ਨਾ ਹੋ ਜਾਏ ਉੱਥੇ ਤੇ ਹਾਲਾਂਕਿ ਲੋਕੀ ਉੱਥੇ ਜੇਕਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੇ ਤੇਲ ਇਕੱਠਾ ਕਰਨ ਦੇ ਵਿੱਚ ਲੱਗੇ ਰਹੇ ਕਾਫੀ ਹਜੂਮ ਜਿਹੜਾ ਉੱਥੇ ਲੋਕਾਂ ਦਾ ਪਹੁੰਚ ਗਿਆ ਤੇ ਕੋਈ ਬਾਲਟੀਆਂ ਲੈ ਕੇ ਪਹੁੰਚਿਆ ਕੋਈ ਬੋਤਲਾਂ ਲੈ ਕੇ ਯਾਨੀ ਕਿ ਡੀਜ਼ਲ ਭਰਨ ਦੇ ਵਿੱਚ ਸਾਰੇ ਲੱਗੇ ਹੋਏ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਨਬੈਲੈਂਸ ਹੋ ਕੇ ਜਿਹੜਾ ਹੈ ਉਹ ਟਰੱਕ ਪਲਟ ਗਿਆ ਹਾਲਾਂਕਿ ਕਿਉਂਕਿ ਇੱਕ ਇੱਕ ਗੱਡੀ ਚੱਲ ਰਹੀ ਸੀਗੀ ਉਸਨੂੰ ਬਚਾਉਣ ਦੇ ਚੱਕਰ ਦੇ ਵਿੱਚ ਜਿਹੜੀ ਹੈ ਟੈਂਕਰ ਪਲਟਿਆ ਹੈ ਫਿਲਹਾਲ ਜਿਹੜਾ ਟੈਂਕਰ ਚਾਲਕ ਹੈ ਉਹ ਉੱਥੇ ਟੈਂਕਰ ਛੱਡ ਕੇ ਫਰਾਰ ਹੋ ਗਿਆ ਜੀ ठीक है बहुत बहुत शुक्रिया तुहाडा नेहा इस तमाम जानकारी लिए एक बार फिर तो अपने दर्शकों तक पूरा का पूरा मामला दस दिए समझा दिए कि कुछ उत्थे वापरिया है ये तस्वीर चंडीगढ़ दियां ने जिथे तेल दे नाल भरिया होया टैंकर पलटिया सैक्टर 20 ते 21 की घटना तो उत्थे मौजूद लोगों के वलों रज के इत्थे डीजल की लुट की गई पुलिस की मौजूदगी दे विच ही लुट हुई है हालांकि उत्थे मौजूद पुलिस अधिकारियों के वलों फिलहाल ही यह रस्ता ब्लॉक कर दिया गया जद तक ये क्लीयर नहीं हो जाता ये साफ नहीं हो जाता